ਆਪ ਜੀ ਦੇ ਅੱਗੇ ਰੱਖਾਂਗਾ। ਜਿਸ ਤਰ੍ਹਾਂ ਸਰਦਾਰ ਨਾਜਰ ਸਿੰਘ ਜੀ ਸਾਨੂੰ ਬਹੁਤ ਪੁਰਾਣੇ ਪਿੱਛੇ ਕਲਚਰ ਵਿੱਚ ਲੈ ਕੇ ਗਏ ਨੇ, ਮੈਂ ਉਸ ਨੂੰ ਦੁਹਰਾਉਂਦਾ ਹੋਇਆ ਆਪ ਜੀਆਂ ਨੂੰ ਕੋਸ਼ਿਸ਼ ਕਰਾਂਗਾ ਕਿ ਅੱਜ ਤੋਂ ਲਗਭਗ 100 ਸਾਲ ਪਿੱਛੇ ਕਲਚਰ ਵਿੱਚ ਲੈ ਕੇ ਜਾਵਾਂ। ਖਾਸ ਤੌਰ ਤੇ ਭੈਣਾਂ ਵਾਸਤੇ ਇਹ ਕਵਿਤਾ ਲਿਖੀ ਗਈ ਹੈ। ਭੈਣੋ ਤੁਹਾਨੂੰ ਯਾਦ ਹੋਏਗਾ ਇੱਕ ਖੇਲ ਹੁੰਦੀ ਸੀ ਗੁੱਡੀਆਂ ਪਟੋਲੇ, ਜਿੱਦਾਂ ਮੁੰਡਿਆਂ ਦੀ ਸੀ ਗੁੱਲੀ ਡੰਡਾ, ਇੱਦਾਂ ਤੁਹਾਡੀ ਵੀ ਖੇਲ ਹੁੰਦੀ ਸੀ ਗੁੱਡੀਆਂ ਪਟੋਲੇ। ਉਸ ਤੇ ਮੈਂ ਨਜ਼ਮ ਲਿਖੀ ਆ, ਪਰ ਨਜ਼ਮ ਬੋਲਣ ਤੋਂ ਪਹਿਲਾਂ ਇੱਕ ਸ਼ੇਰ ਤੁਹਾਡੇ ਸਾਰਿਆਂ ਵਾਸਤੇ ਆ, ਕਿਉਂਕਿ ਆਪਾਂ ਜ਼ਿੰਦਗੀ ਗੁਜ਼ਰ ਰਹੀ ਆ, ਆਪਾਂ ਉਸ ਨੂੰ ਬਹੁਤ ਘੱਟ ਸੋਚਦੇ ਆ ਕਿ ਇਸ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਤੋ ਸ਼ੇਰ ਆ ਕਿ 40 ਸਾਲ ਤੱਕ ਬੰਦਿਆ ਤੂੰ ਸੋਚਿਆ ਨਾ ਸ਼ਰਮਾ ਜੀ, 40 ਸਾਲ ਤੱਕ ਬੰਦਿਆ ਤੈਂ ਸੋਚਿਆ ਨਾ, ਸਦਾ ਨਹੀਂ ਜਵਾਨੀ ਦੀ ਘੜੀ ਰਹਿਣੀ, ਖਾ ਲੈ ਖਰਚ ਲੈ ਪੁੰਨ ਤੇ ਦਾਨ ਕਰ ਲੈ, ਮਾਇਆ ਵਿੱਚ ਬੈਂਕਾਂ ਦੇ ਤੇਰੀ ਤੜੀ ਰਹਿਣੀ, ਕੋਈ ਰੋਜ਼ ਤੂੰ ਦੁਨੀਆਂ ਤੇ ਸੈਰ ਕਰ ਲੈ, ਕੋਈ ਰੋਜ਼ ਤੂੰ ਦੁਨੀਆਂ ਤੇ ਸੈਰ ਕਰ ਲੈ, ਕਾਰ ਵਿੱਚ ਤੇਰੀ ਗੈਰਜ ਤੇ ਖੜੀ ਰਹਿਣੀ। ਜਦੋਂ ਬਿਮਾਰ ਹੋ ਗਿਆ ਕੀ ਕਰੇਗਾ, 16 ਸੈਕਟਰ ਜਾਣਗੇ, 32 ਜਾਣਗੇ, ਫੋਰਟਸ ਜਾਣਗੇ, ਸਾਡੇ ਵਿੱਚ ਡਾਕਟਰ ਸਾਹਿਬ ਬੈਠੇ ਨੇ, ਕੋਈ ਰੋਜ਼ ਤੂੰ ਸੜਕਾਂ ਤੇ ਸੈਰ ਕਰ ਲੈ, ਕਾਰ ਵਿੱਚ ਤੇਰੀ ਗੈਰਜ ਤੇ ਖੜੀ ਰਹਿਣੀ। ਬਈ ਦਾਰੂ ਬੂਟੀਆਂ ਲੱਖ ਇਲਾਜ ਕਰ ਲਈ, ਦਾਰੂ ਬੂਟੀਆਂ ਲੱਖ ਇਲਾਜ ਕਰ ਲਈ, ਨਬਜ ਨਹੀਂ ਹਿੰਦੀ ਮਾਂ ਦੀ ਫੜੀ ਰਹਿਣੀ, ਇੱਕ ਦਿਨ ਉਮਰ ਦੀ ਡੋਰ ਨੇ ਟੁੱਟ ਜਾਣਾ, ਗੁੱਡੀ ਸਦਾ ਨੀ ਜੱਗ ਤੇ ਚੜੀ ਰਹਿਣੀ, ਗੁੱਡੀ ਸਦਾ ਨੀ ਜੱਗ ਤੇ ਚੜੀ ਰਹਿਣੀ। ਕਵਿਤਾ ਪੇਸ਼ ਹੈ ਜੀ, ਭੈਣਾਂ ਵਾਸਤੇ ਕਵਿਤਾ ਹੈ ਗੁੱਡੀਆਂ ਪਟੋਲਿਆਂ ਦੀ। ਅੱਜ ਕੱਲ ਕਿਸੇ ਨੂੰ ਪਤਾ ਹੀ ਨਹੀਂ ਕੁੜੀਆਂ ਨੇ ਗੁੱਡੀਆਂ ਪਟੋਲੇ ਕੀ ਹੁੰਦੇ ਆ, ਉਹ ਆਪਣੀਆਂ ਮਾਵਾਂ ਨੂੰ ਪੁੱਛਦੇ ਆ, ਪੁੱਛਦੀਆਂ ਨੇ ਇਕੱਠੀਆਂ ਹੋ ਕੇ, ਮਾਂ ਗੁੱਡੀਆਂ ਪਟੋਲੇ ਕੀ ਹੁੰਦੇ ਆ। ਉਸ ਤੇ ਸ਼ੇਰ ਆ ਜੀ, ਮਾਵਾਂ ਤਾਂ ਹੀ ਪੁੱਛਦੀਆਂ, ਨਿੱਕੀਆਂ ਸਹੇਲੀਆਂ ਸੀ, ਮਾਵਾਂ ਤਾਂ ਹੀ ਪੁੱਛਦੀਆਂ, ਨਿੱਕੀਆਂ ਸਹੇਲੀਆਂ ਸੀ, ਦਸਵੀਂ ਮਾਏ ਮੇਰੀਆਂ ਨੀ ਗੁੱਡੀਆਂ ਪਟੋਲਿਆਂ ਦੀ ਰੁੱਤ ਕਦੋਂ ਆਏਗੀ, ਦਸਵੀਂ ਮਾਏ ਮੇਰੀਆਂ ਨੀ ਗੁੱਡੀਆਂ ਪਟੋਲਿਆਂ ਦੀ ਰੁੱਤ ਕਦੋਂ ਆਏਗੀ, ਚੌਂਕਿਆਂ ਚ ਖੀਰਾ ਕਦੋਂ, ਸੰਧਾਰੇ ਲੈ ਕੇ ਵੀਰਾਂ ਕਦੋਂ, ਚੌਂਕਿਆਂ ਚ ਖੀਰਾ ਕਦੋਂ, ਸੰਧਾਰੇ ਲੈ ਕੇ ਵੀਰਾਂ ਕਦੋਂ, ਪੀਪਲਾਂ ਤੇ ਪੀਂਘਾ ਕਦੋਂ, ਅਲਣਾ ਨੂੰ ਲਿੰਦਾ ਕਦੋਂ, ਅਲਣਾ ਨੂੰ ਲਿੰਦਾ ਵਿੱਚੋਂ ਬੇਬਿਆ ਜਗਾਊਗੀ, ਦਸਵੀਂ ਮਾਏ ਮੇਰੀਆਂ ਨੀ ਗੁੱਡੀਆਂ ਪਟੋਲਿਆਂ ਦੀ ਰੁੱਤ ਕਦੋਂ ਆਊਗੀ। ਅੱਗੇ ਆ ਜੀ, ਚਾਟੀ ਚ ਮਧਾਣੀ ਪਾ ਕੇ, ਚੱਕੀ ਤੇ ਜਠਾਣੀ ਲਾ ਕੇ, ਹੁਣ ਕਿਸੇ ਨੂੰ ਕੋਈ ਪਤਾ ਨਹੀਂ ਕਿ ਚੱਕੀ ਵੀ ਝੋਂਦੀਆਂ ਹੁੰਦੀਆਂ ਸੀ, ਘਰੇ ਆਟਾ ਪੀਂਦੀਆਂ ਸੀ ਜਨਾਨੀਆਂ। ਚਾਟੀ ਚ ਮਧਾਣੀ ਪਾ ਕੇ, ਚੱਕੀ ਤੇ ਜਠਾਣੀ ਲਾ ਕੇ, ਡੰਗਰਾਂ ਨੂੰ ਪੱਠੇ ਪਾ ਕੇ, ਹਾਲੀਆਂ ਦੀ ਚਾਹ ਬਣਾ ਕੇ ਦੁੱਧ ਰੜਕਾਊਗੀ, ਦਸੀ ਮਾਏ ਮੇਰੀ ਨੀ ਗੁੱਡੀਆਂ ਪਟੋਲਿਆਂ ਦੀ ਰੁੱਤ ਕਦੋਂ ਆਊ। ਸਾਵਣ ਬਰਸਾਤਾਂ ਵਾਲੀ ਪੋਹ ਦੀਆਂ ਰਾਤਾਂ ਵਾਲੀ, ਸਾਵਣ ਬਰਸਾਤਾਂ ਵਾਲੀ ਪੋਹ ਦੀਆਂ ਰਾਤਾਂ ਵਾਲੀ, ਚਾਟੀ ਦੇ ਮਧਾਣੇ ਵਿੱਚੋਂ ਮੱਖਣ ਦੇ ਪੇੜੇ ਦੀ ਖੁਸ਼ਬੂ ਕਦੋਂ ਆਊਗੀ, ਦਸੀ ਮਾਏ ਮੇਰੀ ਨੀ ਗੁੱਡੀਆਂ ਪਟੋਲਿਆਂ ਦੀ ਰੁੱਤ ਕਦੋਂ ਆਊਗੀ। ਚਿੜੀਆਂ ਦੇ ਚੁੱਕਣ ਵਾਲੀ
ਕੋਇਲਾ ਦੇ ਕੁੱਕਣ ਵਾਲੀ, ਮੱਕੀ ਦੀਆਂ ਵੱਡਾਂ ਵਿੱਚੋਂ ਗਿੱਦੜਾਂ ਦੇ ਹੁੱਕਣ ਵਾਲੀ ਰਾਤ ਕਦੋਂ ਆਊਗੀ, ਦਸੀ ਮਾਏ ਮੇਰੀ ਨੀ ਗੁੱਡੀਆਂ ਬਟੋਲਿਆਂ ਦੀ ਰੁੱਤ ਕਦੋਂ ਆਊਗੀ, ਨਿੱਕੇ ਨਿੱਕੇ ਨਿਆਣਿਆਂ ਦੀ ਭੱਠੀਆਂ ਤੇ ਦਾਣਿਆਂ ਦੀ। ਪਤਾ ਤੁਹਾਨੂੰ ਕਿਸੇ ਨੂੰ ਭੱਠੀਆਂ ਤੇ ਦਾਣੇ ਵੀ ਭੱਜਦੇ ਹੁੰਦੇ ਸੀ, ਨਿੱਕੇ ਨਿੱਕੇ ਨਿਆਣਿਆਂ ਦੀ ਭੱਠੀਆਂ ਤੇ ਦਾਣਿਆਂ ਦੀ, ਪੱਕੇ ਹਦਵਾਣਿਆਂ ਦੀ ਤੁਰੇ ਜਾਂਦੇ ਰਾਹੀਆਂ ਤੋਂ ਮੈਂ ਕਦੋਂ ਆਊਗੀ, ਦਸੀ ਮਾਏ ਮੇਰੀਆਂ ਨੀ ਗੁੱਡੀਆਂ ਪਟੋਲਿਆਂ ਦੀ ਰੁੱਤ ਕਦੋਂ ਆਊਗੀ, ਗੁੱਡੀਆਂ ਪਟੋਲਿਆਂ ਦੀ ਰੁੱਤ ਕਦੋਂ ਆਊਗੀ। ਥੈਂਕ ਯੂ, ਥੈਂਕ ਯੂ।